ਇਹ ਜਦੋਂ ਵੀ ਐਮਸੀ ਦੀ ਕੋਈ ਚੋਣ ਆਉਂਦੀ ਹੈ ਮੈਂ ਕਹਿੰਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹਨਾਂ ਤੋਂ ਐਫੀਡੇਵਿਟ ਲੈਣਾ ਚਾਹੀਦਾ ਹਨ ਕਿ ਭਾਈ ਜੇ ਤੂੰ ਜਾਏਗਾ ਤਾਂ ਤੇਰਾ ਜਿਹੜਾ ਐਮਸੀ ਦਾ ਹੈ ਖਤਮ ਰੱਦ ਹੋਣਾ ਚਾਹੀਦਾ ਹੈ। ਪਾਰਟੀ ਵੱਲੋਂ ਕਿਹਾ ਗਿਆ ਵੀ ਜਿਹੜਾ ਜਿਹੜੀ ਨਸ਼ੇ ਦੀ ਹੋਵੇ ਕਰਪਸ਼ਨ ਦੀ ਹੋਵੇ ਜਾਂ ਮਤਲਬ ਗੁੰਡਾਗਰਦੀ ਹੈ ਲਾਂਡ ਦੀ ਸਥਿਤੀ ਹੋਵੇ ਇਹ ਵੀ ਜਿਹੜਾ ਜਿਹੜੀ ਅਕਾਲੀ ਪਾਰਟੀ ਤੋਂ ਹੀ ਚਾਲੂ ਕਰੀ ਹੈ ਵੀ ਸਾਨੂੰ ਪੱਟਣ ਵਾਸਤੇ ਮੁਸ਼ਕਲ ਆ ਜਾਣੀ ਹੈ। ਅਕਾਲੀ ਪਾਰਟੀ ਨੇ ਚਾਲੂ ਕਰੀ ਹੈ ਇਹਨਾਂ ਨੇ ਸਿਰਫ ਢੰਡੋਰਾ ਪਿੱਟਿਆ। ਅਗਰ ਅਕਾਲੀ ਪਾਰਟੀ ਦੇ ਖਿਲਾਫ ਇਹਨਾਂ ਕੋਲ ਕੋਈ ਪ੍ਰੂਫ ਹੈ ਕੋਈ ਸਬੂਤ ਹੈ ਤਾਂ ਉਹ ਜੱਗ ਜਾਹਰ ਕਰਨ ਲਿਆਉਣ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪਿਛਲੀਆਂ ਸਰਕਾਰਾਂ ਸਮੇਂ ਕੀਤੇ ਗਏ ਕੰਮਾਂ ਵਿੱਚ ਵੱਡੇ ਪੱਧਰ ਤੇ ਹੋਈ ਘਪਲੇਬਾਜ਼ੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪਹਿਲੇ 6 ਮਹੀਨਿਆਂ ਵਿੱਚ ਹੀ ਇਨਕੁਆਇਰੀ ਕਰਵਾਉਣ ਦੀਆਂ ਗੱਲਾਂ ਕਰਨ ਵਾਲੀ ਆਪ ਸਰਕਾਰ ਦੇ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸਾਬਕਾ ਸ਼ਹਿਰੀ ਪ੍ਰਧਾਨ ਸਫੀਕ ਚੌਹਾਨ ਦੀ ਅਗਵਾਈ ਵਿੱਚ ਸਹਾਇਕ ਡਿਪਟੀ ਕਮਿਸ਼ਨਰ ਗੁਰਮੀਤ ਕੁਮਾਰ ਨੂੰ ਗਵਰਨਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ। ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਰਿਪੋਰਟਿੰਗ ਦਿਲਦਾਰ ਹੁਸੈਨ, ਡੀਜ਼ੀ ਨਿਊਜ਼, ਮਲੇਰਕੋਟਲਾ। ਬਹੁਤ ਪ੍ਰਧਾਨ ਦੱਸਤਾ ਜਿਹੜੀਆਂ ਸੜਕਾਂ ਜਿਹੜੀਆਂ ਨੇ ਜਿਹੜੀਆਂ ਸ਼ਹਿਰ ਦੀਆਂ ਉਹਦੇ ਬਾਰੇ ਤੁਸੀਂ ਦੇਖੋ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਨਾਰਾ ਦਿੱਤਾ ਸੀ ਪੰਜਾਬ ਹਰਿਆਵਲ ਦਾ ਦਸਤਾ ਬਣਾਵਾਂਗੇ ਔਰ ਸਾਡੇ ਮਲੇਰਕੋਟਲੇ ਦੇ MLA ਨੇਵੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਸੀ ਮਲੇਰਕੋਟਲੇ ਨੂੰ ਇੱਕ ਬਹੁਤ ਵਧੀਆ ਉਚਾਈਆਂ ਤੇ ਲੈ ਕੇ ਜਾਵਾਂਗੇ। ਹੁਣ ਅੱਜ ਆਪਣੇ ਸਾਹਮਣੇ ਦੇ ਸਾਹਮਣੇ ਹੈ ਵੀ ਕਿਹੜੀਆਂ ਉਚਾਈਆਂ ਨੇ ਕਿਹੜੇ ਇੱਥੇ ਪਹਾੜ ਬਣਾ ਤੇ ਉਹਨਾਂ ਨੇ ਵੀ ਆਪਾਂ ਨੂੰ ਇੱਥੇ ਕੋਈ ਵਧੀਆ ਦਿਖਣ ਲੱਗ ਗਏ। ਮਤਲਬ ਹਾਲਾਤ ਇਹੋ ਜਿਹੇ ਵੱਧ ਤੋਂ ਬਦਤਰ ਹੋ ਚੁੱਕੇ। ਮਤਲਬ ਤੁਸੀਂ ਇੱਥੇ ਦਾ ਸੀਵਰ ਸਿਸਟਮ ਲਾ ਲਓ, ਇਹਨਾਂ ਨੇ ਪੈਸੇ ਪਾਸ ਹੋਏ ਹੋਣੇ ਲੇਕਿਨ ਉਹ ਸਫਾਈ ਨਹੀਂ ਹੋਈ, ਉਹ ਕਿੱਥੇ ਗਿਆ ਪੈਸਾ, ਉਹਦੀ ਇਨਕੁਆਇਰੀ ਹੋਣੀ ਜ਼ਰੂਰੀ ਹੈ। ਸੜਕਾਂ ਦਾ ਮੁੱਦਾ ਆ ਜਾਓ, ਸੜਕਾਂ ਦਾ ਮੁੱਦਾ ਉੱਥੇ ਦਾ ਉੱਥੇ ਹੀ ਖੜਾ ਅੱਜ ਦੀ ਤਰੀਕ। ਜਿਹੜੇ ਨਾਰੇ ਲਾਉਂਦੇ ਸੀਗੇ ਇਲੈਕਸ਼ਨ ਤੋਂ ਪਹਿਲਾਂ ਬਥੇਰੇ ਇਹਨਾਂ ਨੇ ਝੰਡੇ ਚੱਕੇ ਸੀਗੇ, ਜਗ੍ਹਾ ਜਗ੍ਹਾ ਧਰਨੇ ਲਾਏ ਸੀ, ਅਸੀਂ ਐਂ ਕਰ ਦਾਂਗੇ, ਸੜਕਾਂ ਨਹੀਂ ਮਾਰਦੇ, ਅੱਜ ਕਿੱਥੇ ਹੈ? ਅੱਜ ਸਰਕਾਰ ਬਣੀ ਨੂੰ 6 ਮਹੀਨੇ ਤੋਂ ਉੱਪਰ ਹੋ ਚੁੱਕੇ, ਇਹਨਾਂ ਨੇ ਨਾ ਕੋਈ ਸੜਕ ਬਣਾ ਰਹੇ ਨੇ, ਨਾ ਇਹਨਾਂ ਦਾ ਕੋਈ ਸੀਵਰ ਸਿਸਟਮ ਸਾਫ਼ ਹੋ ਰਿਹਾ। ਸਫਾਈ ਦਾ ਹਰ ਮੁਹੱਲੇ ਦੇ ਵਿੱਚ ਬਹੁਤ ਬੁਰਾ ਹਾਲ ਹੈ। ਮਤਲਬ ਇੰਨਾ ਬੁਰਾ ਹਾਲ ਹੈ, ਲੋਕ ਨਰਕ ਦੀ ਜ਼ਿੰਦਗੀ ਜਿਉ ਰਹੇ ਨੇ। ਮਤਲਬ ਤੁਸੀਂ ਲਾਓ ਇਹ ਜਿਹੜਾ ਮੌਸਮ ਹੈ, ਇਸ ਮੌਸਮ ਦੇ ਵਿੱਚ ਕਿੰਨੀਆਂ ਬਿਮਾਰੀਆਂ ਫੈਲਦੀਆਂ ਨੇ। ਤੁਸੀਂ ਇਹ ਦੇਖੋ ਇੰਨਾ ਗੰਦ ਪਿਆ ਹੋਇਆ ਜਗ੍ਹਾ ਜਗ੍ਹਾ। ਮਤਲਬ ਤੁਸੀਂ ਆਪ ਰੋਜ਼ ਵੀਡੀਓ ਦੇ ਵਿੱਚ, ਰੋਜ਼ ਤੁਸੀਂ ਮੀਡੀਆ ਦੇ ਵਿੱਚ ਦੇਖ ਰਹੇ ਹੋ। ਬੇਅੰਤ ਸਾਹਿਬ, ਗੱਲ ਜਿਹੜੀ ਹੈ, ਗੱਲ ਚੱਲ ਰਹੀ ਹੈ ਸੜਕਾਂ ਦੇ ਨਾਲ ਨਾਲ ਜਿਹੜੀ ਪ੍ਰਧਾਨ ਦੀ ਗੱਲ ਆਈ, ਪ੍ਰਧਾਨ ਲੇਡੀਜ਼ ਨੂੰ 50% ਕੋਟਾ ਸਰਕਾਰਾਂ ਨੇ ਦਿੱਤਾ। ਕੀ ਮਲੇਰਕੋਟਲੇ ਦੇ ਅੰਦਰ MLA ਸਾਹਿਬ ਇਹ ਗੱਲ ਕਹਿੰਦੇ ਨੇ ਕਿ ਮੈਂ ਇਨਸਾਫ਼ ਦੀ ਕਰਦਾ ਹੈਗਾ, ਕੀ ਉਸ ਪ੍ਰਧਾਨ ਦੇ ਮਤਲਬ ਪ੍ਰਧਾਨ ਉੱਥੇ ਆਉਂਦੀ ਹੈ? ਤੁਸੀਂ ਕਦੇ ਪ੍ਰਧਾਨ ਨੂੰ ਬੈਠਾ ਦੇਖਿਆ ਮੀਟਿੰਗ ਤੋਂ ਇਲਾਵਾ? ਦੇਖੋ ਅਸੀਂ ਮੀਟਿੰਗ ਤੋਂ ਇਲਾਵਾ ਕਦੇ ਦੇਖਿਆ ਨਹੀਂ ਹੈ। ਪ੍ਰਧਾਨ ਤਾਂ ਹਮੇਸ਼ਾ ਜਿਵੇਂ ਸਰਕਾਰ ਕਹਿੰਦੀ ਹੈ ਵੀ ਜਿਹੜਾ ਲੇਡੀਜ਼ ਸਰਪੰਚ ਤੇ ਉਹਨਾਂ ਨੇ ਲਾਇਆ ਵੀ ਜਿਹੜੀ ਏਰੀਏ ਦੀ ਸਰਪੰਚ ਹੈ ਉਹੀ ਕੰਮ ਕਰੇਗੀ, ਲੇਕਿਨ ਇੱਥੇ ਪ੍ਰਧਾਨ ਕੋਈ ਕੰਮ ਨਹੀਂ ਕਰਦਾ, ਸਿਰਫ ਉਹ ਮੀਟਿੰਗ ਵਾਲੇ ਦਿਨ ਆਉਂਦੀ ਹੈ। ਉਸ ਤੋਂ ਇਲਾਵਾ ਸ਼ਹਿਰ ਦਾ ਹਾਲ ਜਦ ਉਹਦੇ ਨੌਲੇਜ ਨਹੀਂ ਹੈ, ਉਹਨੇ ਤਾਂ ਘਰੇ ਬੈਠ ਜਾਣਾ, ਜਦ ਉਹਨੂੰ ਪਤਾ ਹੀ ਨਹੀਂ ਹੈ ਕੰਮ ਕੀ ਹੋਣਾ। ਇਹ ਤਾਂ MLA ਦੀ ਨਲਾਇਕੀ ਹੈ। ਨਹੀਂ, ਪ੍ਰਸ਼ਾਸਨ ਮੀਟਿੰਗਾਂ 'ਚ ਵੀ ਉਹਦਾ ਪਤੀ ਅਟੈਂਡ ਕਰਦਾ ਕਿ ਪ੍ਰਸ਼ਾਸਨ ਦੀ ਵੀ ਕਿਵੇਂ ਕੀ ਕਹੋਗੇ ਪ੍ਰਸ਼ਾਸਨ ਬਾਰੇ? ਪ੍ਰਸ਼ਾਸਨ ਮਿਲਿਆ ਹੋਇਆ ਜਾਂ ਸਰਕਾਰ ਹੈ ਜੀ? ਸਰਕਾਰ ਤੋਂ ਉੱਤੇ ਦਾ ਮੁਲਾਜ਼ਮ ਜਾ ਨਹੀਂ ਸਕਦਾ, ਸਰਕਾਰ ਦਾ ਡਰ ਹੈ, ਸਰਕਾਰ ਦਾ ਉਹ ਪ੍ਰਧਾਨ ਹੈ, ਸਰਕਾਰ MLA ਹੈ, MLA CM ਨਾਲ। ਗੱਡੀ ਦੇ ਉੱਤੇ ਮੂਹਰੇ ਲਾਇਆ ਹੋਇਆ ਪ੍ਰਧਾਨ ਦੀ ਗੱਡੀ ਨਗਰ ਕੌਂਸਲ, ਪ੍ਰਧਾਨ ਵਿੱਚ ਆਉਂਦੀ ਨਹੀਂ ਕਿ ਇਹਦੇ ਤੇ ਕਿਉਂ ਨਹੀਂ ਪ੍ਰਸ਼ਾਸਨ ਚਲਾਨ ਕਰਦੇ? ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਨਾ, ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਵੀ ਪ੍ਰਸ਼ਾਸਨ ਜਿਹੜਾ ਹੈਗਾ ਉਹ ਨਾਲ ਮਿਲਿਆ ਹੋਇਆ। ਪ੍ਰਸ਼ਾਸਨ ਨੂੰ ਦਿਖ ਨਹੀਂ ਰਿਹਾ ਉਰੇ ਮਲੇਰਕੋਟਲੇ, ਇੱਥੇ DC ਸਾਹਿਬ ਸ਼ਹਿਰ 'ਚ ਰਾਊਂਡ ਲਾਉਂਦੇ ਨੇ, ਜੇ ਨਸ਼ਾ ਦੇ ਲਾਈਏ ਤਾਂ SSP ਰਾਊਂਡ ਲਾਉਂਦੇ ਨੇ, ਕਿ ਉਹਨਾਂ ਨੂੰ ਦਿਖ ਨਹੀਂ ਰਿਹਾ ਉਰੇ ਸ਼ਹਿਰ 'ਚ ਕੀ ਹੋ ਰਿਹਾ? ਉਹਨਾਂ ਨੂੰ ਚਾਹੀਦਾ ਨਹੀਂ ਐਕਸ਼ਨ ਲੈਣਾ, ਲੇਕਿਨ ਲੈਂਦੇ ਨਹੀਂ। ਕਿਉਂ? ਸਿਰਫ ਇੱਕ ਲੋਕਾਂ ਨੂੰ ਡਰਾਮਾ ਦਿਖਾਉਂਦੇ ਨੇ, ਆਹ ਦੇਖੋ ਜੀ ਅਸੀਂ ਰੇਡ ਮਾਰਤੀ, ਕਰਨਾ ਕੁਛ ਨਹੀਂ, ਸਿਰਫ ਇੱਕ ਡਰਾਮਾ ਕਰਨਾ। ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਦਾ CM ਜਿਹੜਾ ਸੀਗਾ ਉਹ ਇੱਕ ਜੋਕਰ ਟਾਈਪ ਕੰਮ ਕਰਦਾ ਸੀ, ਇੱਕ ਕਮੇਡੀ ਆ ਕੇ ਲੋਕਾਂ ਨੂੰ ਸ਼ੋਅ ਦਿਖਾ ਗਿਆ, ਉਹੀ ਕਮੇਡੀਅਨ ਸ਼ੋਅ ਸਾਡੇ ਮੁਲਾਜ਼ਮ ਹੋ ਗਏ। ਉਹਨਾਂ ਤੋਂ ਸਿੱਖਿਆ ਲੈ ਰਹੇ ਨੇ ਨਾ, CM ਤੋਂ, CM ਦੇ ਨਾਲ ਮੀਟਿੰਗ ਕਰ ਲਈ ਉਹਨਾਂ ਨੇ, ਉਹਨਾਂ ਨੇ ਇੱਕ ਡਰਾਮਾ ਦਿਖਾਤਾ ਵੀ ਤੁਸੀਂ ਐਂ ਰਚਣਾ ਲੋਕਾਂ ਨੂੰ, ਉਹ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਨੇ। ਪ੍ਰਧਾਨ ਜੀ, ਇੱਕ ਜਿਹੜਾ ਵੱਡੀਆਂ ਵੱਡੀਆਂ ਬਿਲਡਿੰਗਾਂ, ਉੱਚੀਆਂ ਉੱਚੀਆਂ ਬਿਲਡਿੰਗਾਂ ਬਿਨਾਂ ਨਕਸ਼ੇ ਤੋਂ ਪਾਸ ਹੋ ਰਹੀਆਂ ਸ਼ਹਿਰ ਦੇ ਅੰਦਰ, ਆਈਲੈਂਡ ਸੈਂਟਰ ਤਾਂ ਬਣ ਰਹੇ ਨੇ, ਜਿਹੜਾ ਟ੍ਰੈਫਿਕ ਸਮੱਸਿਆ ਰਹੇ, ਇਹਦੇ ਬਾਰੇ ਕੀ ਕਹੋਗੇ?
देखो मैं पहले ही कह चुका ये बिना प्रशासन तो बिना MLA तो बिना प्रधान तो कदे नहीं हो सकता। जी करप्शन का रोल है 101%, लेकिन प्रशासन कर नहीं ना रहा कुछ, रौला तो इतने है। प्रशासन मिल गया, प्रशासन प्लस अफसर प्लस इन्हों के जेडे MLA ने प्लस इन्हों जे प्रधान गए ने सब मिले हुए ने। असी रौला क्यों पा रहे, इस करके रौला पा रहे कि इतने कोई सुनवाई नहीं हो रही। जे सुनवाई होगी तो ही कोई कार्रवाई होगी ना, कार्रवाई तो कोई हो नहीं रही। अभी तो आने रौला पाने, लेकिन असं पब्लिक नूं दसांगे भी तुसी जिहड़ियां वोटां पाईआं ने अज भुगतण नूं भुगत रहे हो, तुसी सारे सारे तुसी इस चीज़ नूं भुगत रहे हो। सफाई का बुरा हाल, सड़कां का बुरा हाल, सीवरेज का बुरा हाल, स्ट्रीट लाइटां नहीं जगदियां वह बुरा हाल, बस स्टैंड का बुरा हाल, बस स्टैंड के पिछे गंद के ढेर लगे पे ने, किन्ना बुरा हाल है। तुसी की गिनाईए, पुल का मसला ला लो किन्ना रौला पाते रहे ने, बथेरे झंडे चके ने, तुसी मीडिया सारे उत्थे हुंदे सी। स्पीकर साहब एक लास्ट सवाल तुहाडे मैं करन लग्गिया कि बड़े बड़े करप्शन की तुसी गल कीती है पिछले दिनों च, मतलब जो तुहाडी सरकार के टाइम भी तो कांग्रेस सरकार के मंडी वालों का फड़िया हुंदा सी, सानू फड़िया वास्ते जगह दित्ती जावे, कांग्रेस सरकार ने बड़ा शैड बना के फड़िया वास्ते देता, अज उत्थे गड्डियां खड़दियां, इहदा कारण की है, की तुसी इस बारे की मंग करना चाहते हो? इहदा कारण जिथों आम गरीब लोगों ने जिहड़ी मंडी की सियासत है, जमीरुर रहमान साहब जिहड़े मौजूदा MLA ने वो इस कारोबार नाल रिलेटड है और उन्होंने जिहड़ा कारोबार है वही है, ये उन्होंने चाहिए, उन्होंने तो बना के हवाले करता था लोगों ने, पर अज MLA साहब की ही नलायकी कारण ये जिहड़ा कारोबार है उत्थे गड्डियां खड़ रही वो बंद हुई। अगर MLA चाहन की नहीं हो सकता, उत्थे गड्डियां रोकने करन, उत्थे फड़ियां लाने देन जगह, लोग कारोबार करन, लोग तो बेरोजगार होए फिरदे, दर दर ठोकरे दे खा रहे जगह जगह दियां, और इन्होंने उत्थे गड्डियां वास्ते पार्किंग जगह देती, और जिहड़ा ये पर्ची सिस्टम है ये भी बंद होना चाहिए, फड़ियां वाले जगह मिलनी चाहिए है, जिहड़ा शैड फड़ां वास्ते बनाया गया उन्होंने जनता के हवाले करो। साडे MLA साहब नूं गुजारिश करांगे कि तुहानूं तां इस गल दा बहुत ज़्यादा हो है पता है, तो उन्होंने हवाले करो लोगों के। DC नूं मंग पत्र दिता सर, वो किस बेस ते दिता? DC साहब नूं मंग पत्र जिहड़ी शहर के विकास काम जिहड़े अधूरे पैण, जिन्हां च करप्शन हो रही है, जिवें सीवरेज दियां बड़ियां बड़ियां पाइपां जिहड़ियां पहलां पैण दे आर्डर टेंडर कीते गया सी, जिस टाइम पाइपा पैन लगियां वह पाइपा का साइज जो छोटा करता, और नीचे जो रोड आ जिन्हों गत्तका कहते हैं पंजाबी चप्पा, वह पाए बिना ही सीवर की पाइप है जी उस जोड़िया जा रहा पाइपा के नाल, और वह पाइप जी है जो फ्लो बदना बरसात भी आनी होर बदना, तो वह पाइप ने जोड़ा खुल के वो पानी बाहर आ जाना, वो आम लोगों का जोड़े पब्लिक जिते नुकसान होना वह पानी बाहर आके लोगों का पैसा ही वेस्ट होना, क्योंकि जनता का पैसा ही है जोड़ा इतने लग रहा है, साढ़े लोगों का ही पैसा है, और ये जो टेंडर के जड़िया भी चीज़ा मतलब पास की गई हैं वो मुताबिक ही ये जोड़े काम है होने चाहिए। एक आ पुल सस्ता जो जरग चौंक वाला पुल इन्होंने थंबिया ला के पुल इलैक्शन जोड़ा लड़िया आम आदमी पार्टी ने इन्हें मुख्य मुद्दा बना के, ये समाज सेवी जथेबंद ने भी बड़ा बखूबी वधिया रोल निभाया, पर लेकिन जदों इस पुल से ट्रैफिक रोक दी गई उस इलैक्शन चोणों के दौरान, सत्ताधारी पार्टी ने जित हासिल कर ली, जित गए, जितने तो फौरन बाद बिना NOC तो बिना किसी मंजूरी तो ये जेड़े वो चाके इनू पुल चालू कर दिता, खोल दिता गया। एक साढ़े जेड़े है हिबे हैं उन्होंने संविधानक हक है जोड़ा वो साढ़ा मिलना चाहिए, जोड़ा कि इतने की अफसरशाही ना ही किसी सरकार को बंद कर कोई अधिकार नहीं है, वो साढ़ा संविधानक हक है, साढ़ा एज ए मोहम्मदन लॉ है, उन्होंने इन्होंने बंद कर रखे, पता नहीं किसी शह से अफसर ने किसी शह से बंद किया, सानू नहीं पता है ये, तुम प्रदेश बल्कि अफसर को पूछो भी हीमे नामे किसी शह से बंद किए गए हैं, ये तो मीडिया वाले भी पूछा दो, तुम आप पूछा दो, तो जरा लैन देन कहते लैन देन होंगे, जोड़ा लैन देन होंगे हीबा जो लिखा जाता है वो लैन देन तो हो ही नहीं रहा, वह गिफ्ट डीड है, वह पैसे का वेरवा तो आते ही नहीं। ਜਿਹੜਾ ਟਾਈਲਾਂ ਲੱਗੀਆਂ ਨੇ ਗਲੀਆਂ ਮਹੱਲਿਆਂ ਦੇ ਟੁੱਟ ਗਈਆਂ ਪਿਛਲੀ ਕਾਂਗਰਸ ਸਰਕਾਰ ਨੇ ਬਣਾਈਆਂ, ਟਾਈਲਾਂ ਤਾਂ ਅਸੀਂ ਪਿੱਟ ਪਿੱਟ ਮਰ ਗਏ ਤੇ ਜੀ ਵੀ ਇਹ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ, ਪਰ ਲੇਕਿਨ ਸਰਕਾਰ ਸੀ ਉਹਨਾਂ ਦੀ ਕਿਸੇ ਨੇ ਸਾਡੀ ਸੁਣੀ ਹੋਈ ਨਹੀਂ, ਸਾਡੀ ਸੁਣਵਾਈ ਨਹੀਂ ਹੋਈ, ਕਿਉਂਕਿ ਸੱਤਾਧਾਰੀ ਪਾਰਟੀ ਨੇ ਜਿਹੜੀਆਂ ਟਾਈਲਾਂ ਲਾਈਆਂ ਸੀਆਂ ਉਸ ਟਾਈਮ, ਜਿਹੜੀ ਸੱਤਾਧਾਰੀ ਪਾਰਟੀ ਦੀ 2017 ਤੋਂ 22 ਤੱਕ ਉਹਨਾਂ ਨੇ ਆਪਣੇ ਬੰਦੇ ਦੀਆਂ ਟਾਈਲਾਂ ਦੀਆਂ ਫੈਕਟਰੀਆਂ ਤੱਕ ਲਵਾਤੀਆਂ ਸੀਗੀਆਂ, ਉਹ ਆਪਣੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਲਈ ਆਮ ਜਨਤਾ ਦਾ ਨੁਕਸਾਨ ਕਰ ਗਏ। ਇਲੈਕਸ਼ਨ ਲੜਦੇ ਨੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਕੋਈ ਕਿਤੇ ਨੂੰ ਤੁਰ ਪੈਂਦਾ, ਕੋਈ ਕਿਤੇ ਨੂੰ, ਇਹ ਵੈਸੇ ਹੋਣਾ ਚਾਹੀਦਾ।
जो भी एम सी की कोई चोन आती है मैं कहना सारिया सियासी पार्टियां उन्होंने तो एफीडेविट लेना चाहिए कि भाई जे तू जाएगा तो तेरा जो एम सी है खत्म रद्द होना चाहिए है। छे महीने की जी मतलब इन्हें कारगुजारी है मतलब अकाली पार्टी कुछ संतुष्टि है वो कह रहे हैं कि भी असी पांच 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 साल दिते हैं सरकारों को छे महीने का समा बहुत घट है कारगुजारी ला एंड ऑर्डर की स्थिति है जी बड़ी खत्म हो चुकी है खराब हो चुकी है इन्ने मर्डर तो कदे पूरी जिंदगी च नहीं हुए जिन्हें आ दो तीन महीनों हो गए थे सामने किड्डे किड्डे स्टार जिहड़े थे उन्होंने मर्डर हो गए स्नैचर देख लो तुसी रोज वीडियो सीसीटीवी राही अपने सामने आ दिया सत्ताधारी पार्टी वालों कहा गया भी जड़ा जी नशे की हो करप्शन की हो मतलब गुंडागर्दी है लांड की स्थिति हो जड़ा जी अकाली पार्टी तो ही चालू करी है भी सानू पट्टन वास्ते नहीं अकाली पार्टी ने चालू करी है इन्होंने सिर्फ ढंडोरा पिटिया अगर अकाली पार्टी के खिलाफ इन्होंने कोई प्रूफ थे कोई सबूत है तो वह जग जाहिर कर लिया इन्होंने हूँ हाँ देखा सरकार मजीठिया साहब इन्होंने परचा जो चन्नी साहब मुख्यमंत्री पंजाब थे वो परचे एफ आई आर दर्ज कर गए एफ आई आर दर्ज करने तो बाद हाई कोर्ट ने तो कितनी झाड़ पाई है पंजाब सरकार ने इन्होंने पैरवाई नहीं की क्यों पैरवाई तो करते जिन्हें को कुछ होंगे प्रूफ तो है कोई लेके नहीं आ सके चलो अकाली दल ने लिया वो सरकार तो हूँ थोड़ी है पांच साल कांग्रेस की सरकार रहेगी सात छे महीने इन हो गए तुम बंद कर लो क्यों नहीं करते तुम तो इन्होंने वर्कर ब्लाक प्रधान जे जिला प्रधान लैन ये नशे के कारोबार सारे कर देन आ पिछे कि बंदा फड़िया है मेरा ख्याल तरन तारण साइड तो इन्हों का ब्लॉक प्रधान है डेढ़ किलो हराउन दे विच फड़िया गया पर सर गल तो यह भी वह भी तो अकाली पार्टी चो आए हैं ना अकाली पार्टी नू जदों इह कमियां साडे पार्टी प्रधान जी कोल गईआं तां उन्होंने फौरन हुक्म करता कि इदां दे बंदे आपां पार्टी च नहीं रखने जिहड़े पार्टी का अक्स खराब करदे ना इन्हां नू अज ही पार्टी चो कढो जिस दिन सुखबीर बादल जी मलेरकोटले विधानसभा चोणां दौरान और उदन ही शाम नू कढ़िया गया सी बिल्कुल मैंने कढ़िया आप खुद आ बेंत जी सारे असीं सारे सीगे सारे मेरे साथियों ने रल के सामने असी कीती है प्रेस कॉन्फ्रेंस उत्ते जिहड़ी असी उन्हां नूं आप कढ़िया एक राशन कार्ड अकाली दल जी वल्लों बनाए गए सीगे ते हुण सत्ताधारी पार्टी वल्लों 10% 15% कणक दे उत्ते कट ला जा रहे ने जां होर मतलब नवें जिहड़े कार्ड बने ने ओह मतलब अमीरां दे बने जा भगवंत मान सरकार उन्हां दी वेरीफाई कर रही है वी उहदे ते तुसीं की हो असी तां कहिंदे जिहड़े अमीरां दे लाए जा रहे ने उहदी वेरीफिकेशन करके वैसे तां कट्टणे चाहीदे ने पर गरीब आदमियां दा 10% इहनूं नहीं कट लाउणा चाहीदा उन्होंने कट लगना चाहिए जिन्होंने नजायज बने हैं पर अकाली दल ने उस टाइम जो ये कार्ड आटा दाल स्कीम दे लाए से साड़ी तो उस टाइम सरकार जो आई सी पहली बार 2007-17 तक असी तो लाए तो देखे ही नहीं थी भी कौन कांग्रेसी है किड़ा अकाली है किड़ा इन्होंने तो अनुसार जोड़े थे अकाली दल के खत्म करते अपने बंद खड़े कर ले इन्होंने कार्ड अकाली पार्टी कांग्रेस ने हूँ आम आदमी पार्टी ने इन्होंने टाकी लाना शुरू करता गरीब लोगों के अकाली पार्टी हूँ तक ये मानती है कि 6 महीने सरकार के फेल हाँ बिल्कुल बुरी तरह फेल फेल ही बुरी तरह फेल सारे दे सामने है तुसी भी पंजाब दे वासी हो आप देख रहे हैं पंजाब सरकार जिहड़ी है हर फ्रंट ते बुरी तरह फेल हुई है नशे ते नथे नहीं पा सके जिहड़ियां इन्हां ने वादे कीते थे वो लोगों नाल पूरे नहीं कर सके 600 यूनिट बिजली देन लगे तो कहा नहीं था भी जनरल बीसी नूं दवांगे या एससी नूं दवांगे जदों हुण नोटिफिकेशन कीता उहदे च कंडीशनां रख दित्तियां ये जिहड़ा हैगा ये लोगों नूं बेवकूफ बनाया केजरीवाल ने 1000 रुपया बुढ़िया नूं फंड देन जिहड़ा देना था 1000 रुपये महीना इस्त्री देना था 1000 रुपये हर लेडीज़ नूं दिता नहीं वो स्कीम कोई नहीं मिल रही लोगों को।